2012 'ਚ ਸਾਡਾ ਵਿਆਹ ਹੋਇਆ ਸੀਗਾ ਅਤੇ 2017 'ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਗਰਭਵਤੀ ਪਤਨੀ ਦਾ ਦਰਦ ਦੂਰ ਕਰਨ ਦੇ ਲਈ ਪਤੀ ਨੇ ਉਸਨੂੰ ਪਿਲਾਇਆ ਚਿੱਟਾ। ਲੇਬਰ ਪੇਨ ਹੁੰਦੀ ਆ ਵਾਂ, ਤਦ ਮੈਂ ਲਗਾ ਕੇ ਅਤੇ ਫਿਰ ਮਤਲਬ ਡਿਲੀਵਰੀ ਕਰਵਾਉਣ ਗਈ ਹੋਸਪਿਟਲ। ਹੁਣ ਤੱਕ ਚਿੱਟੇ ਤੇ ਖਰਚ ਚੁੱਕੇ ਨੇ ਕਰੋੜਾਂ। ਭਾਈ ਕਿਲੋ ਵਾਲੇ ਹਿਸਾਬ ਨਾਲ ਤੇ ਪੀ ਗਿਆ ਹੋਣਾ ਵਾ, ਥੋੜਾ ਥੋੜਾ ਕਰਕੇ। ਇਹਨਾਂ ਪਤੀ ਪਤਨੀ ਦੀ ਕਹਾਣੀ ਸੁਣ ਕੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ। ਮੈਂ ਸਵੇਰੇ ਸ਼ਾਮ ਤੇ ਰਾਤੀ ਤਿੰਨ ਟਾਈਮ ਹਰ ਇੱਕ ਨੇ ਕੀਤੇ ਆ, ਪਰ ਲੋਕੀ ਵੀ ਆਪਣੇ ਪੈਂਤੀ ਪੈਂਤੀ ਚਾਲੀ ਚਾਲੀ ਕਿੱਲੇ ਖਾ ਗਏ ਆ, ਤਾਂ ਆਪਾਂ ਤੇ ਫਿਰ ਕਰੋੜ ਰੁਪਈਆ ਕਹਿੰਦੇ ਆ। ਬਸ ਭਾਈ ਛੱਡਣਾ ਵਾ, ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ, ਪੜ੍ਹਾਉਣਾ ਲਗਾਉਣਾ ਵਾ ਬਸ। ਦੱਸ ਦਈਏ ਕਿ ਪਤੀ ਪਤਨੀ ਨਸ਼ੇ ਦੇ ਆਦੀ ਸਨ ਅਤੇ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਅੱਜ ਆਪਣਾ ਨਸ਼ਾ ਛੁਡਵਾਉਣ ਦੇ ਲਈ ਪਹੁੰਚੇ। ਦਰਅਸਲ ਇਹਨਾਂ ਦੀ ਕਹਾਣੀ ਐਸੀ ਹੈ ਕਿ ਜਿਹੜਾ ਵੀ ਸੁਣਦਾ ਹੈ ਉਹ ਹੈਰਾਨ ਹੋ ਜਾਂਦਾ ਹੈ। ਨੌਜਵਾਨ ਕਿਸੇ ਵੇਲੇ ਪਹਿਲਵਾਨ ਹੁੰਦਾ ਸੀ, ਪਿੰਡ 'ਚ ਪੂਰੀ ਚੜ੍ਹਾਈ ਸੀ, ਲੜਾਈਆਂ ਤੇ ਮੁੰਡੇ ਪਿੰਡਾਂ ਦੇ ਇਸ ਨੂੰ ਲੈ ਕੇ ਜਾਂਦੇ ਰਹੇ। ਇੱਕ ਲੜਾਈ ਦੇ ਵਿੱਚ ਇਸਦੇ ਭਿਆਨਕ ਸੱਟ ਵੱਜ ਗਈ। ਉਸ ਸੱਟ ਦਾ ਦਰਦ ਦੂਰ ਕਰਨ ਲਈ ਕਿਸੇ ਨੇ ਇਸ ਨੂੰ ਚਿੱਟਾ ਲਗਵਾ ਦਿੱਤਾ। ਫਿਰ ਕੀ ਸੀ, ਕਦੇ ਅੰਮ੍ਰਿਤਸਰ ਤੇ ਕਦੇ ਬਟਾਲਾ ਜਾ ਕੇ ਇਹ ਨਸ਼ਾ ਕਰਨ ਲੱਗ ਪਏ। ਇਸ ਦੌਰਾਨ ਨੌਜਵਾਨ ਨੂੰ ਇੱਕ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ। ਮੁੰਡਾ ਉਸੇ ਕੁੜੀ ਦੇ ਨਾਲ ਲਵ ਮੈਰਿਜ ਕਰਾ ਲੈਂਦਾ ਹੈ ਅਤੇ 2012 ਦੇ ਵਿੱਚ ਇਹ ਕੁੜੀ ਮੁੰਡਾ ਵਿਆਹ ਦੇ ਬੰਧਨ 'ਚ ਬੱਝ ਜਾਂਦੇ ਨੇ। ਵਿਆਹ ਤੋਂ ਬਾਅਦ ਵੀ ਪਤੀ ਲਗਾਤਾਰ ਨਸ਼ਾ ਕਰਦਾ ਰਹਿੰਦਾ ਹੈ। ਪਤਨੀ ਪਹਿਲੀ ਵਾਰ ਗਰਭਵਤੀ ਹੁੰਦੀ ਹੈ, ਉਦੋਂ ਬੱਚੇ ਨੂੰ ਜਨਮ ਦਿੱਤਾ ਗਿਆ, ਜਿਸ ਤੋਂ ਬਾਅਦ ਪਤਨੀ ਦੇ ਸਰਵਾਈਕਲ ਦਾ ਦਰਦ ਉੱਠਿਆ। ਉਸਦਾ ਦਰਦ ਦੂਰ ਕਰਨ ਦੇ ਲਈ ਪਤੀ ਨੇ ਉਸਨੂੰ ਚਿੱਟਾ ਲਗਵਾ ਦਿੱਤਾ, ਜਿਸ ਤੋਂ ਬਾਅਦ ਪਤਨੀ ਵੀ ਚਿੱਟੇ ਦੀ ਆਦੀ ਹੋ ਗਈ। ਉਸ ਦਿਨ ਤੋਂ ਬਾਅਦ ਪਤੀ ਪਤਨੀ ਦੋਨੇ ਰਲ ਕੇ ਨਸ਼ਾ ਕਰਨ ਲੱਗ ਪਏ। 3 ਵਾਰ ਸਵੇਰੇ ਚਿੱਟਾ ਅਤੇ 3 ਵਾਰ ਸ਼ਾਮੀ ਚਿੱਟਾ ਪੀਂਦੇ ਸਨ ਇਹ ਪਤੀ ਪਤਨੀ। ਚਿੱਟਾ ਪੀਣ ਦੇ ਲਈ ਨੌਜਵਾਨ ਨੇ ਕਈਆਂ ਤੋਂ ਉਧਾਰ ਵੀ ਫੜਿਆ, ਆਪਣੇ ਪਿਤਾ ਦੀ ਜੋੜੀ ਹੋਈ ਜਾਇਦਾਦ ਵੇਚਤੀ। ਪਤਨੀ ਨੇ ਚਿੱਟੇ ਦੇ ਲਈ ਆਪਣਾ 22 ਤੋਲੇ ਸੋਨਾ, ਜੋ ਕਿ ਪੇਕਿਆਂ ਅਤੇ ਸਹੁਰਿਆਂ ਨੇ ਰਲ ਕੇ ਇਸ ਨੂੰ ਪਾਇਆ ਸੀ, ਉਹ ਵੇਚ ਦਿੱਤਾ ਅਤੇ 10 ਸਾਲ ਹੋ ਗਏ ਇਹਨਾਂ ਨੂੰ ਚਿੱਟਾ ਪੀਂਦਿਆਂ। ਕਰੋੜਾਂ ਰੁਪਏ ਦਾ ਚਿੱਟਾ ਪੀ ਚੁੱਕਿਆ ਇਹ ਜੋੜਾ। ਹੁਣ ਇਹਨਾਂ ਦੇ ਬੱਚੇ ਵੱਡੇ ਹੋ ਗਏ ਨੇ, ਬੱਚਿਆਂ ਦੇ ਖਾਤਰ ਇਹ ਨਸ਼ਾ ਛੱਡਣਾ ਚਾਹੁੰਦੇ ਨੇ ਅਤੇ ਹੁਣ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਇਹਨਾਂ ਨੇ ਆਪਣਾ ਦਾਖਲਾ ਕਰਵਾਇਆ ਹੈ। ਆਓ ਦੋਨਾਂ ਦੀ ਕਹਾਣੀ ਜਾਣਦੇ ਹਾਂ ਕਿ ਆਖਿਰਕਾਰ ਕਿੱਥੋਂ ਚਿੱਟੇ ਦੀ ਲੱਤ ਲੱਗੀ ਅਤੇ ਉਹਨਾਂ ਨੂੰ ਕਿੱਡੀਆਂ ਮੁਸ਼ਕਲਾਂ ਆ ਰਹੀਆਂ ਨੇ ਹੁਣ ਚਿੱਟਾ ਛੱਡਣ ਦੇ ਲਈ। 2012 'ਚ ਸਾਡਾ ਵਿਆਹ ਹੋਇਆ ਸੀਗਾ ਅਤੇ 2017 'ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥ ਹੋਣ ਵਾਲਾ ਸੀ ਉਦੋਂ ਲਾਇਆ। ਬਸ ਸਰਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ, ਅਤੇ ਉਸ ਤੋਂ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਵਾਂ, ਤਦ ਮੈਂ ਲਗਾ ਕੇ ਅਤੇ ਫਿਰ ਮਤਲਬ ਡਿਲੀਵਰੀ ਕਰਵਾਉਣ ਗਈ ਹੋਸਪਿਟਲ। ਮੈਂ ਸਵੇਰੇ ਸ਼ਾਮ ਅਤੇ ਰਾਤੀ 3 ਟਾਈਮ ਇਹਨਾਂ ਰੋਕਿਆ। ਇਹਨਾਂ ਨੇ ਬੜਾ ਬੋਲਦੇ ਹੁੰਦੇ ਸੀ ਕਿ ਇਹ ਇੰਜੈਕਟ ਕਰਦੇ ਸੀ ਅਤੇ ਮੈਂ ਪੰਨੀ 'ਤੇ ਲਾਉਂਦੀ ਸੀ। ਇਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਤੂੰ ਮਤਲਬ ਬਾਥਰੂਮ 'ਚ ਚੱਲ ਜਾ, ਜਾਂ ਕਿਤੇ ਚੱਲ ਜਾ, ਜਾਂ ਇਹ ਚੱਲ ਜਾਂਦੇ ਹੁੰਦੇ ਜਾਂ ਮੈਂ ਚੱਲ ਜਾਂਦੀ ਹੁੰਦੀ। ਉੱਦਾਂ ਹੀ ਮਤਲਬ ਕਿ ਇੱਕ ਦੂਜੇ ਦੇ ਸਾਹਮਣੇ ਨਹੀਂ ਅਸੀਂ ਕਦੀ ਵੀ ਲਾਇਆ। ਹਾਂਜੀ ਸਰ,
ਕੋਈ ਗਿਣਤੀ ਨਹੀਂ ਆ ਕਿ ਅਸੀਂ ਕਿੰਨਾ ਕੁ ਨਸ਼ਾ ਪੀ ਗਏ। ਆਪਣਾ ਗਹਿਣਾ ਗੱਟਾ ਵੀ ਅਸੀਂ ਸਾਰਾ ਗਵਾ ਲਿੱਤਾ ਥਾ ਵਾ। ਗਾਂ ਬੱਚਿਆਂ ਵਾਸਤੇ ਕੁਛ ਵੀ ਨਹੀਂ ਛੱਡਿਆ ਕਿ ਜਿਹੜਾ ਸਾਡੇ ਬੱਚੇ ਕੱਲ੍ਹ ਨੂੰ ਸੌਖੀ ਜ਼ਿੰਦਗੀ ਜੀ ਸਕਣ। ਅਤੇ ਹੁਣ ਅਸੀਂ ਇਹੀ ਕਹਿੰਦੇ ਹਾਂ ਕਿ ਬਸ ਅਸੀਂ ਹਟਣਾ ਵਾ, ਹਟ ਗਏ ਹਾਂ, ਕੁਛ ਹਟ ਜਾ, ਹੌਲੀ ਹੌਲੀ ਹਟ ਜਾਵਾਂਗੇ, ਕੋਸ਼ਿਸ਼ ਕਰਾਂਗੇ ਹਟਣ ਦੀ। ਹਾਂਜੀ ਮੰਮਾ ਨੂੰ ਪਤਾ ਹੈ, ਹਾਂਜੀ ਉਹਨਾਂ ਨੂੰ ਬੜਾ ਰੋਕਿਆ ਉਹਨਾਂ ਨੇ ਸਰ, ਉਹਨਾਂ ਨੇ ਤਾਂ ਬੜਾ ਪਿਆਰ ਨਾਲ ਵੀ ਸਮਝਾਇਆ ਕਿ ਤੇਰੇ ਪੇਕੇ ਵੀ ਇੱਥੇ ਆ, ਕਿ ਕਿੱਦਾਂ ਤੂੰ ਹੈਂਡਲ ਕਰੇਂਗੀ ਕਿ। ਅਤੇ ਫਿਰ ਜਦੋਂ ਸਾਰਿਆਂ ਨੂੰ ਸਰ ਪਤਾ ਲੱਗ ਗਿਆ ਤਾਂ ਫਿਰ ਉਹ ਅਗਲੇ ਕਹਿੰਦੇ ਕਿ ਇੱਥੇ ਨਹੀਂ ਮੰਨਣਾ, ਸਾਡੇ ਘਰ ਨਹੀਂ ਮੰਨਣਾ, ਸਾਡੇ ਬੱਚਿਆਂ 'ਤੇ ਵੀ ਗਾਂਹ ਸਰ ਪੈਂਦਾ ਆ। ਅਤੇ ਬਸ ਹੁਣ ਇਹੀ ਕਹਿੰਦੇ ਆ ਜਦੋਂ ਵੀ ਆਪਾਂ ਫੋਨ ਕਰਦੇ ਹਾਂ ਕਿ ਬਾਹਰ ਹੀ ਕਿਤੇ ਮਰ ਜਾਈਓ ਜੇ ਨਹੀਂ ਠੀਕ ਹੋਣਾ ਤਾਂ। ਅਤੇ ਬਸ ਹੁਣ ਅਸੀਂ ਇਹੀ ਕਹਿੰਦੇ, ਹੁਣ ਮਨ 'ਚ ਇਹੀ ਧਾਰਿਆ ਵਾ ਕਿ ਆਪਾਂ ਠੀਕ ਹੋਣਾ ਵਾ ਬਸ। ਭਾਈ ਕਿਲੋ ਵਾਲੇ ਹਿਸਾਬ ਨਾਲ ਤਾਂ ਪੀ ਗਿਆ ਹੋਣਾ ਵਾ, ਥੋੜ੍ਹਾ ਥੋੜ੍ਹਾ ਕਰਕੇ। ਜੇ ਇਕੱਠੇ ਦੀ ਗੱਲ ਕਰੀਏ ਤਾਂ ਫਿਰ ਕਿਲੋ ਦੇ ਡੇਢ ਕਿਲੋ ਪੀ ਗਏ ਹੋਣੇ ਆ। ਮੈਂ ਕਿ ਕਦੀ ਲਾਲਚ ਨਹੀਂ ਕੀਤਾ, ਉੱਦਾਂ ਮੈਂ ਪੀਂਦੇ ਰਹੇ ਹਾਂ, ਲਿਮਿਟ ਨਾਲ ਪੀਂਦੇ ਰਹੇ ਹਾਂ, ਕਦੀ ਲਾਲਚ ਨਹੀਂ ਕੀਤਾ। ਲੱਖਾਂ ਕਰੋੜਾਂ ਕੀਤੇ ਹੀ ਹੋਣੇ ਆ ਭਾਈ, ਹਰ ਇੱਕ ਨੇ ਕੀਤੇ ਆ। ਪਰ ਲੋਕ ਵੀ ਆਪਣੇ ਪੈਂਤੀ ਪੈਂਤੀ ਚਾਲੀ ਚਾਲੀ ਕਿੱਲੇ ਖਾ ਗਏ ਆ, ਤਾਂ ਆਪਾਂ ਤਾਂ ਫਿਰ ਕਰੋੜ ਰੁਪਈਆ ਕਹਿੰਦੇ ਹਾਂ। ਮੇਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੇ ਆਪਣੇ ਇੰਨਾ ਜ਼ਮੀਨਾਂ ਜ਼ਮੀਨਾਂ ਵੇਚ ਛੱਡੀਆਂ ਵਾ, ਕਰੋੜਾਂ ਅਰਬਾਂ ਦੀਆਂ ਜਿਹੜੀਆਂ ਜ਼ਮੀਨਾਂ, ਉਹ ਲੋਕਾਂ ਨੇ ਧੂੰਆਂ 'ਚ ਡਾਤੀਆਂ, ਆਪਾਂ ਤਾਂ ਫਿਰ ਇੱਕ ਕਰੋੜ ਕਹਿੰਦੇ ਹਾਂ। ਇਹ ਨਹੀਂ ਭਾਅ ਜੀ ਪਤਾ, ਸਾਨੂੰ ਤਾਂ ਅੰਬਰਸਰ ਤੱਕ ਪਤਾ ਵਾ, ਜਾਂ ਸਾਡੇ ਕੈਂਪ ਤੱਕ ਪਤਾ ਵਾ, ਬਾਕੀ ਨਹੀਂ ਸਾਨੂੰ ਪਤਾ। ਬਸ ਭਾਈ ਛੱਡਣਾ ਵਾ, ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ, ਪੜ੍ਹਾਉਣਾ ਲਗਾਉਣਾ ਵਾ ਬਸ। ਇੱਦਾਂ ਯਾਰ ਦੋਸਤ ਰੇ ਥੜੀਏ, ਯਾਰ ਦੋਸਤ ਕਹਿੰਦਾ ਕਿ ਇਹਦਾ ਰਿਸ਼ਤਾ ਹੋ ਗਿਆ ਵਾ, ਛੱਡ ਪਰਾ ਹੁਣ, ਅੱਜ ਹੀ ਛੱਡੋ, ਇਹਦਾ ਰਿਸ਼ਤਾ ਹੋ ਗਿਆ ਵਾ, ਨਾ ਕਰੋ। ਮੈਂ ਕਿਹਾ ਇੱਕ ਵਾਰੀ ਮਿਲਾ ਲਏ, ਬਾਅਦ 'ਚ ਜੋ ਜਿੱਦਾਂ ਉਹਦੀ ਮਰਜ਼ੀ ਹੈਗੀ ਉੱਦਾਂ ਕਰ ਲਵਾਂਗੇ। ਉਹ ਰੱਬ ਦੀ ਉਰੋਂ ਮੇਰ ਹੀ ਕਿਰਪਾ ਸੀ ਆਪਣੇ 'ਤੇ, ਚਲੋ ਪੈਸੇ ਧੇਲੇ ਦੀ ਗਲਤ ਕੰਮ ਵੀ ਨਹੀਂ ਕਰਦੇ ਸੀ ਉਦੋਂ, ਜਦੋਂ ਨਵਾਂ ਨਵਾਂ ਮਿਲਿਆ ਇਹਨੂੰ। ਉਰੋਂ ਮੈਂ ਆਪਣੇ ਦੋਸਤ ਨੂੰ ਭੇਜਿਆ ਉੱਥੇ ਹੀ ਹੋਟਲ 'ਚ ਹੀ, ਮੈਂ ਕਿਹਾ ਚਾਂਦੀ ਦਾ ਛੱਲਾ ਲੈ ਕੇ ਆ, ਇਹਨੂੰ ਪਵਾ ਦਿੱਤਾ ਨਾਲ ਹੀ ਮੈਂ ਉੱਥੇ ਲਈ। ਇਹ ਤਾਂ ਵਿਆਹ ਤੋਂ ਬਾਅਦ ਜਦੋਂ ਗੁੜੀਆ ਹੋ ਗਈ, ਉਸ ਤੋਂ ਬਾਅਦ ਜੋ ਵੱਡੀ ਗੁੜੀਆ ਜਿਹੜੀ ਉਹ ਹੋ ਗਈ, ਉਸ ਤੋਂ ਬਾਅਦ ਚਾਲੂ ਕੀਤਾ ਇਹਨੇ। ਇੱਥੇ ਸਾਨੂੰ 15-16 ਦਿਨ ਹੋ ਗਏ ਆ ਜੀ, ਹੁਣ ਤਾਂ ਜੀਭ ਵਾਲੀ ਗੋਲੀ ਵੀ ਛੱਡਤੀ ਹੈ ਜੀ, ਜੀਤ ਲਈ ਗੋਲੀ ਰੱਖਦੇ ਨਾ, ਮਨ ਬਣਾ ਲਿਆ।